असीं कहिंदे सी पेन हुंदी डॉक्टर साहब पेन हुंदी कहिंदे कोई नहीं जदों टांके खोलांगे उदण वेखांगे असीं दिमारी पट्टी भी करा के लियाए उहने नहीं साडी गल सुणी कहिंदे जदों टांके खोलांगे उदण वेखांगे फुल चुगण आए सीगे विच कच्च दी सीसी निकली मेरी बेटी डॉक्टर साहब ने मारती पेन हुंदी है बहुत ज़्यादा कहिंदा कोई गल नहीं जदों टांके कट्टांगे उदण असीं देख लांगे दुबारा 16 नूं जाणा सी टांके कटाउण जी 16 नूं 5:15 वजे उहनां दी मौत हो गई बाकी अज्ज असीं फुल चुगण आए जी सुबह फुल चुगण आए जदों असीं सारा देखिया इकट्ठा करके तो उहदे विच जदों चुगण लगे तो असीं देखिया तो कच्च की शीशी पगली हुई सी शीशी भी डॉक्टर की सी मैडिकल शीशी ये नहीं कोई भी ओपरी हो बॉटल कभी भी ऑपरेशन में रह नहीं सकती और मैंने बहुत अच्छे से ऑपरेशन किया है। ਮਲਕੀਤ ਸਿੰਘ ਜੀ ਮਲਕੀਤ ਜੀ ਤੁਹਾਡੀ ਪਤਨੀ ਦੀ ਮੌਤ ਹੋਈ ਹੈ ਜੀ ਕੀ ਕਾਰਨ ਹੈ ਕਿਸ ਤਰ੍ਹਾਂ ਹੋਈ ਸਾਡੀ ਕਾਰਨ ਜੀ ਇਹਨਾਂ ਦੇ ਬੱਚੇ ਦਾ ਨਿਚਰ ਰਸੌਲੀ ਸੀਗੀ ਅਸੀਂ ਰਸੌਲੀ ਦਾ ਅਪਰੇਟ ਕਰਾਇਆ ਡਾਕਟਰ ਗੌਰਵ ਮਿੱਤਲ ਆ ਆਸਥਾ ਹਸਪਤਾਲ ਦੱਤ ਰੋਡ ਮੋਗਾ ਠੀਕ ਹੈ ਜੀ ਉਦੋਂ ਬਾਅਦ ਅਪਰੇਟ ਹੋ ਗਿਆ ਜੀ 5 ਤਰੀਕ ਨੂੰ ਜਾਂਦੇ ਸਾਡਾ ਅਪਰੇਟ ਕਰਤਾ ਉਹਨਾਂ ਨੇ ਅਪਰੇਟ ਤੋਂ ਬਾਅਦ ਉਹਨਾਂ ਨੇ 9 ਤਰੀਕ ਨੂੰ ਸਾਨੂੰ ਡਿਸਚਾਰਜ ਕਰਤਾ ਛੁੱਟੀ ਕਰਤੀ ਛੁੱਟੀ ਤੋਂ ਬਾਅਦ ਜੀ ਸਾਡੇ ਉਦੋਂ ਬਾਅਦ ਅਸੀਂ ਪੱਟੀ ਕਰਾ ਕੇ ਲਿਆਏ ਦੱਸਿਆ ਉਹਨਾਂ ਨੂੰ ਵੀ ਪੱਟੀ ਕਰਾ ਕੇ ਕਹਿੰਦੇ ਵੀ ਪੇਨ ਹੁੰਦੀ ਹੈ ਬਹੁਤ ਜ਼ਿਆਦਾ ਕਹਿੰਦਾ ਕੋਈ ਗੱਲ ਨਹੀਂ ਜਿੱਦਣ ਟਾਂਕੇ ਕੱਟਾਂਗੇ ਉਦਣ ਅਸੀਂ ਦੇਖ ਲਾਂਗੇ ਦੁਬਾਰਾ ਠੀਕ ਹੈ ਜੀ ਅਸੀਂ 16 ਨੂੰ ਗਏ 16 ਨੂੰ ਜਾਣਾ ਸੀ ਟਾਂਕੇ ਕਟਾਉਣ ਜੀ 16 ਨੂੰ 5:15 ਵਜੇ ਉਹਨਾਂ ਦੀ ਮੌਤ ਹੋ ਗਈ ਜਦੋਂ ਮੌਤ ਹੋ ਗਈ ਤਾਂ ਉਦੋਂ ਬਾਅਦ ਜੀ ਸੰਸਕਾਰ ਕਰਤਾ ਅਸੀਂ ਉਹਨਾਂ ਦਾ ਦੂਜੇ ਦਿਨ ਬਾਕੀ ਅੱਜ ਅਸੀਂ ਫੁੱਲ ਚੁਗਣ ਆਏ ਜੀ ਸੁਬਹਾ ਫੁੱਲ ਚੁਗਣ ਆਏ ਜਦੋਂ ਅਸੀਂ ਸਾਰਾ ਦੇਖਿਆ ਇਕੱਠਾ ਕਰਕੇ ਅਤੇ ਉਹਦੇ ਵਿੱਚ ਜਦੋਂ ਚੁਗਣ ਲੱਗੇ ਤਾਂ ਅਸੀਂ ਦੇਖਿਆ ਤਾਂ ਕੱਚ ਦੀ ਸ਼ੀਸ਼ੀ ਪਗਲੀ ਹੋਈ ਸੀਗੀ ਕੀ ਲੱਗਦਾ ਤੁਹਾਨੂੰ ਵੀ ਉਹਦੇ ਪੇਟ ਦੇ ਵਿੱਚ ਰਹਿ ਗਈ ਪੇਟ ਦੇ ਵਿੱਚ ਰਹਿ ਗਈ ਹੋ ਸਕਦਾ ਕਿਸੇ ਸ਼ਾਰਤ ਨੇ ਨਾ ਜੀ ਨਾ ਇਹ ਤਾਂ ਹੋ ਹੀ ਨਹੀਂ ਸਕਦਾ ਜੀ ਡਾਕਟਰੀ ਸ਼ੀਸ਼ੀ ਵੀ ਡਾਕਟਰ ਦੀ ਸੀ ਮੈਡੀਕਲ ਸ਼ੀਸ਼ੀ ਸੀ ਇਹ ਨਹੀਂ ਕੋਈ ਓਪਰੀ ਹੋਊਗੀ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਹੈ ਜੀ ਡਾਕਟਰ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਅਤੇ ਜਿਵੇਂ ਸਾਡੇ ਨਾਲ ਐਡੀ ਘਟਨਾ ਵਾਪਰੀ ਹੈ ਹੋਰਨਾਂ ਵੀ ਵਾਪਰ ਸਕਦੀ ਹੈ ਅਤੇ ਇਹਦਾ ਲਾਇਸੈਂਸ ਕੈਂਸਲ ਕੀਤਾ ਜਾਵੇ ਅਤੇ ਇਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਤੁਹਾਡੇ ਵੱਲੋਂ ਹੋਰ ਕੀ ਕਾਰਵਾਈ ਕੀਤੀ ਜਾਵੇ ਸਾਡੇ ਕਾਰਵਾਈ ਪਰਚਾ ਦੇ ਕੇ ਇਹਨੂੰ ਅੰਦਰ ਦਿੱਤਾ ਜਾਵੇ ਅਤੇ ਤੁਹਾਡੀ ਪਤਨੀ ਦੀ ਉਮਰ ਕਿੰਨੀ ਸੀਗੀ 40 ਸਾਲ 42 ਸਾਲ 40 ਸਾਲ ਦੀ ਕਿਸ ਤਰ੍ਹਾਂ ਮੌਤ ਉਹਦੇ ਰਸੌਲੀ ਸੀਗੀ ਬੱਚੇਦਾਨੀ 'ਚ 5 ਤਰੀਕ ਨੂੰ ਉਹਦਾ ਆਪਰੇਸ਼ਨ ਕਰਾਤਾ ਅਸੀਂ 4 ਦਿਨ ਅਸੀਂ ਉੱਥੇ ਰਹੇ ਅਸੀਂ ਕਹਿੰਦੇ ਸੀ ਪੇਨ ਹੁੰਦੀ ਡਾਕਟਰ ਸਾਹਿਬ ਪੇਨ ਹੁੰਦੀ ਕਹਿੰਦੇ ਕੋਈ ਨਹੀਂ ਜਿੱਦਣ ਟਾਂਕੇ ਖੋਲਾਂਗੇ ਉਦਣ ਵੇਖਾਂਗੇ ਅਸੀਂ ਦਿਮਾਰੀ ਪੱਟੀ ਵੀ ਕਰਾ ਕੇ ਲਿਆਏ ਉਹਨੇ ਨਹੀਂ ਸਾਡੀ ਗੱਲ ਸੁਣੀ ਕਹਿੰਦੇ ਜਿੱਦਣ ਟਾਂਕੇ ਖੋਲਾਂਗੇ ਉਦਣ ਵੇਖਾਂਗੇ 9 ਤਰੀਕ ਨੂੰ ਅਸੀਂ 16 ਤਰੀਕ ਨੂੰ ਅਸੀਂ ਜਾਣਾ ਸੀਗਾ ਟਾਂਕੇ ਖਿਲਾਉਣ 16 ਤਰੀਕ ਨੂੰ ਉਹਦੀ ਡੈਥ ਹੋ ਗਈ ਹੈਂ ਅੱਜ ਅਸੀਂ ਫੁੱਲ ਚੁਗਣ ਆਏ ਸੀਗੇ ਵਿੱਚ ਕੱਚ ਦੀ ਸੀਸੀ ਨਿਕਲੀ ਮੇਰੀ ਬੇਟੀ ਡਾਕਟਰ ਸਾਹਿਬ ਨੇ ਮਾਰਤੀ ਡਾਕਟਰ ਸਾਹਿਬ ਨੇ ਮਾਰਤੀ ਮੇਰੀ ਬੇਟੀ ਆਸਥਾ ਗੋਰਵਾ ਡਾਕਟਰ ਆਸਥਾ ਹਸਪਤਾਲ ਹੁਣ ਤੁਹਾਡੀ ਕੀ ਮੰਗ ਹਾਂ ਸਾਡੀ ਮੰਗ ਵੀ ਉਹਨੂੰ ਵੱਧ ਤੋਂ ਵੱਧ ਸਜ਼ਾ ਦੇ ਮੇਰੀ ਧੀ ਦੀ ਜ਼ਿੰਦਗੀ ਗਵਾਤੀ ਉਹਨੇ ਅਤੇ ਬੱਚੇ ਰੁਲਦੇ ਚਲੇ ਗਏ ਉਹਦੇ ਘਰ ਬਰਬਾਦ ਹੋ ਗਿਆ ਅੱਜ ਫੁੱਲਾਂ 'ਤੇ ਪਤਾ ਲੱਗਣਾ ਸੀ ਜੀ ਕਿੰਨੇ ਬੱਚੇ ਸੀ ਦੋ ਬੇਟੇ ਆ ਮੈਂ ਸਿਰਫ ਇਹੀ ਕਹਿਣਾ ਚਾਹੂੰਗਾ ਸਭ ਤੋਂ ਪਹਿਲੇ ਤਾਂ ਮੁਝੇ ਉਨਕੇ ਸਾਥ ਪੂਰੀ ਹਮਦਰਦੀ ਸਿੰਪਥੀ ਹੈ ਜਿਨਕੇ ਘਰ ਮੇਂ ਡੈਥ ਹੋਈ ਹੈ ਇਨਸਾਨੀਅਤ ਕੇ ਨਾਤੇ ਅਬ ਸੈਕਿੰਡਲੀ ਬਾਤ ਇਹ ਹੈ ਕਿ ਅਗਰ ਬੋਟਲ ਰਹਿਣਾ ਇਹ ਟੋਟਲੀ ਫਾਲਸ ਐਲੀਗੇਸ਼ਨ ਗਲਤ ਇਲਜ਼ਾਮ ਹੈ ਬਿਲਕੁਲ ਵੀ ਬੋਟਲ ਕਭੀ ਵੀ ਆਪਰੇਸ਼ਨ ਮੇਂ ਰਹਿ ਨਹੀਂ ਸਕਤੀ ਔਰ ਮੈਨੇ ਬਹੁਤ ਅੱਛੇ ਸੇ ਆਪਰੇਸ਼ਨ ਕੀਆ ਹੈ ਬੋਟਲ ਨਹੀਂ ਕੋਈ ਵੀ ਬੋਟਲ ਹਮ ਯੂਜ਼ ਹੀ ਨਹੀਂ ਕਰਤੇ ਆਪਰੇਸ਼ਨ ਕੇ ਦੌਰਾਨ ਜੋ ਹਮ ਇੰਸਟਰੂਮੈਂਟਸ ਯੂਜ਼ ਕਰਤੇ ਹੈ ਬੋਟਲ ਕੋਈ ਯੂਜ਼ ਨਹੀਂ ਹੋਤੀ ਆਪਰੇਸ਼ਨ ਮੇਂ ਰਹਿ ਨਹੀਂ ਸਕਤੀ ਕਭੀ ਵੀ ਐਸਾ ਅੱਜ ਤੱਕ ਕੇਸ ਕਭੀ ਸੁਣਾ ਨਹੀਂ ਹੋਗਾ ਕਿਸੇ ਨੇ ਡਾਕਟਰ ਨੇ ਜੋ ਇਹ ਐਲੀਗੇਸ਼ਨ ਲਗਾ ਰਹੇ ਹੈ ਤੋ ਬਸ ਮੈਂ ਇਹੀ ਕਹੂੰਗਾ ਕਿ ਗਲਤ ਬਾਤ ਹੈ ਔਰ ਇਹ ਮਤਲਬ ਇਸਕੇ ਆਗੇ ਕਾਰਵਾਈ ਹੋਣੀ ਚਾਹੀਏ ਉਸਕੀ ਜਾਂਚ ਹੋਣੀ ਚਾਹੀਏ ਪ੍ਰੋਪਰ ਸੇ ਤਾਂ ਕਿ ਜੋ ਮੇਰੇ ਅਗੇਂਸ ਇਲਜ਼ਾਮ ਲਗੇ ਹੈ ਉਸਕੋ ਝੂਠਾ ਸਾਬਿਤ ਕੀਆ ਜਾ ਸਕੇ ਤੋ ਜੈਸੇ ਉਨਕਾ ਕਹਿਣਾ ਥਾ ਕਿ ਜਦੋਂ ਆਏ ਸੀਗੇ ਇੱਥੇ ਤੇ ਪੇਨ ਸੀ ਉਹਨਾਂ ਦੇ ਜਦੋਂ ਦੁਬਾਰਾ ਦਿਖਾਉਣਾ ਹੈ ਪੇਸ਼ੈਂਟ ਜਦੋਂ ਇੱਥੋਂ ਹਸਪੀਟਲ ਗਿਆ ਹੈਗਾ 8 ਤਰੀਕ ਨੂੰ ਛੁੱਟੀ ਕੀਤੀ ਹੈਗੀ ਇਹ ਪੇਸ਼ੈਂਟ ਬਿਲਕੁਲ ਹੈਲਦੀ ਕੰਡੀਸ਼ਨ 'ਚ ਗਿਆ ਪੇਸ਼ੈਂਟ ਖਾ ਪੀ ਰਿਹਾ ਸੀ ਤੁਰ ਫਿਰ ਰਿਹਾ ਸੀ ਮੈਡੀਸਨ ਲੈ ਰਹੇ ਸੀ ਪ੍ਰੋਪਰਲੀ ਟਾਇਲਟ ਵਗੈਰਾ ਯੂਰਿਨ ਵਗੈਰਾ ਠੀਕ ਆ ਰਿਹਾ ਸੀ ਉਸ ਤੋਂ ਬਾਅਦ ਗਏ ਹੈ ਉਸ ਵਾਰ ਡਰੈਸਿੰਗ ਕਰਵਾਉਣ ਆਏ ਵਿੱਚੋਂ ਦੀ ਉਹ ਵੀ ਬਿਲਕੁਲ ਹੈਲਦੀ ਕੰਡੀਸ਼ਨ 'ਚ ਆਏ ਹੈ ਫਿਰ ਫਰਾਈਡੇ ਨੂੰ ਮੈਨੂੰ ਦਿਖਾ ਕੇ ਗਏ ਹੈ ਵੈਸੇ ਹੀ ਉਹ ਵੀ ਬਿਲਕੁਲ ਹੈਲਦੀ ਹੱਸਦੇ ਆਏ ਸੀ ਠੀਕ ਸੀਗੇ ਸਡਨਲੀ ਪਤਾ ਚੱਲਦਾ ਹੈ ਕਿ ਸੰਡੇ ਨੂੰ ਦੁਪਹਿਰੇ ਘਰੇ ਉਹਨਾਂ ਦੇ ਬੈਠੇ ਬੈਠੇ ਸਡਨ ਡੈਥ ਹੋ ਗਈ ਮੇ ਬੀ ਅਟੈਕ ਆਈ ਡੋਂਟ ਨੋ ਕਿ ਕੀ ਹੋ ਸਕਦਾ ਹੈਗਾ ਕਾਂਟ ਸੇ ਐਨੀਥਿੰਗ ਬਿਕੋਜ਼ ਮੈਂ ਉਸ ਟਾਈਮ ਉੱਥੇ ਮੌਜੂਦ ਨਹੀਂ ਸੀਗਾ ਹੈ ਨਾ ਅਤੇ ਉਹ ਡੈਥ ਹੋ ਗਈ ਅਤੇ ਅੱਜ ਮੈਨੂੰ ਇਹ ਪਤਾ ਚੱਲ ਰਿਹਾ ਹੈਗਾ ਕਿ ਉਹ ਕੋਈ ਕਹਿ ਰਿਹਾ ਕਿ ਬੋਟਲ ਰਹਿ ਗਈ ਹੈ ਮੇਰੇ ਵੱਲੋਂ ਇਸ ਚੀਜ਼ ਦਾ ਕੋਈ ਜਵਾਬ ਨਹੀਂ ਹੈ ਕਿਉਂਕਿ ਇਹ ਫਾਲਸ ਐਲੀਗੇਸ਼ਨ ਹੈਗੀ ਹੈ ਮੈਂ ਇਹ ਚਾਹੁੰਦਾ ਕਿ ਜੇ ਬੋਟਲ ਰਹੀ ਹੈ ਤਾਂ ਘੱਟੋ ਘੱਟ 10 ਸਰਜਨਸ ਨੂੰ ਇਹ ਪੁੱਛਿਆ ਜਾਏਗੀ ਕਿ ਇਸ ਤਰ੍ਹਾਂ ਦਾ ਕੰਮ ਹੋ ਸਕਦਾ ਜੇ ਉਹਨਾਂ 'ਚ ਕੋਈ ਵੀ ਸਰਜਨ ਨੇ ਕਹਿ ਦੇ ਕਿ ਬੋਟਲ ਰਹਿ ਸਕਦੀ ਓਪਰੇਸ਼ਨ ਦੇ ਟਾਈਮ 'ਤੇ ਤਾਂ ਮੈਂ ਆਪਦੀ ਗਲਤੀ ਮੰਨਣ ਨੂੰ ਤਿਆਰ ਹੈ ਠੀਕ ਅੱਜ ਤੱਕ ਇਹੋ ਜਿਹਾ ਨਾ ਕਦੇ ਸੁਣਿਆ ਨਾ ਇਸ ਤਰ੍ਹਾਂ ਦਾ ਹੋਇਆ ਅਤੇ ਮੈਂ ਕਹਿੰਦਾ ਮੈਂ
ਕੀਤਾ ਹੀ ਨਹੀਂ ਇਸ ਤਰ੍ਹਾਂ ਦਾ ਕੋਈ। ਤੁਹਾਡੇ ਕਿੰਨੇ ਸਾਲ ਦੀ ਆਪਰੇਸ਼ਨ ਸਰਜਰੀ ਦੀ ਹਿਸਟਰੀ ਹੈ? ਮੈਨੂੰ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੂੰ 16 ਸਾਲ ਹੋ ਗਏ, ਉਸ ਤੋਂ 4 ਸਾਲ ਪਹਿਲਾਂ ਜੌਬ ਕੀਤੀ, 20 ਸਾਲ ਮੈਨੂੰ ਹੋ ਚੁੱਕੇ ਹੈ ਐਮਐਸ ਕੀਤੀ ਨੂੰ, ਜਿਹੜਾ ਕਿ ਮੈਂ ਉੱਥੇ ਦੇ ਆਪਰੇਸ਼ਨ ਕਰ ਰਿਹਾ। ਇਹ ਮਲਕੀਤ ਸਿੰਘ ਦੀ ਵਾਈਫ ਦੀ ਮੌਤ ਹੋਈ ਸੀ, ਉਹ ਤੋਂ ਫੁੱਲ ਚੁੱਕਦਿਆਂ ਤੋਂ ਇੱਕ ਸ਼ੀਸ਼ੀ ਮਿਲੀ ਹੈ। ਇਹ ਜਿਵੇਂ ਦਰਖਾਸਤ ਦੇਣਗੇ ਉਹਦੀ ਪੜਤਾਲ ਕਰਾਂਗੇ ਅਤੇ ਕਾਰਵਾਈ ਕਰਕੇ ਅਮਲ 'ਚ ਲਿਆਉਂਦੀ ਜਾਊ। ਮਤਲਬ ਫਿਲਹਾਲ ਇਹਨਾਂ ਦਾ ਕੀ ਕਹਿਣਾ ਵੀ ਸ਼ੀਸ਼ੀ ਕਿੱਥੋਂ ਆਈ ਹੈ ਜੀ? ਇਹਨਾਂ ਦਾ ਕਹਿਣ ਦਾ ਮਕਸਦ ਵੀ ਉੱਥੇ ਰਸੌਲੀ ਦਾ ਆਪਰੇਸ਼ਨ ਕਰਾਇਆ ਸੀਗਾ, ਵੀ ਉੱਥੇ ਵੀ ਹੋ ਸਕਦਾ ਵੀ ਡਾਕਟਰ ਤੋਂ ਵਿੱਚ ਨਾ ਰਹਿ ਗਈ ਹੋਵੇ। ਅਤੇ ਕਿਹੜਾ ਹਸਪਤਾਲ ਸੀਗਾ ਜਿੱਥੋਂ ਆਪਰੇਸ਼ਨ ਕਰਾਇਆ ਸੀਗਾ ਜੀ? ਇਹ ਦਰਖਾਸਤ ਦੇਣਗੇ ਉਹ ਸਾਨੂੰ ਪਤਾ ਕਰ ਦੇਣਗੇ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਸਵਾਮੀ ਸ਼ੁਕਰਾਚਾਰੀਆ, ਮਾਂ ਕਾਲੀ ਉਪਾਸਕ, ਤਾਂਤਰਿਕ ਵਿਧੀ ਨਾਲ ਪਾਓ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ, ਪਤੀ ਪਤਨੀ 'ਚ ਝਗੜਾ, ਪ੍ਰੇਮ ਵਿਆਹ 'ਚ ਰੁਕਾਵਟ, ਸੌਧਨ ਦੁਸ਼ਮਣ ਦਾ ਖਾਤਮਾ, ਵਿਦੇਸ਼ 'ਚ ਪੱਕਾ ਹੋਣਾ, ਕੀਤਾ ਕਰਾਇਆ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ 98 729 0 14 31।